साढ़े चार गुडिया वा ते एक मेरा बेटा ढाई साल रोटी भाज बहुत भाजी मंदा वा काम कर करके रोटी खाने आ एक टाइम मिलती एक टाइम मैं नहीं मिलती नहीं स्कूल तो नहीं जाते क्यों की गल हालात ही एह जे आपकी पैसा ही नहीं हैगा भी स्कूल किदा जा सकते सी बच्चे किदा स्कूल जान खर्चा वर्चा हो तो फिर ही जान नहीं कोई साथ नहीं साडा कोई भी देंदा मेरे डैडी की डैथ हो गई सी ते मेरी मम्मी कर दे कर काम करते हैं ते जो लेके आंदे आ टलटा ते ओ उसे वेले खत्म हो जाता है जदों दे डैडी की डैथ हुई आ ते उदों दे मम्मी भी लोगों के घर जाके काम करते हैं ते साडा जेड़ा वा घर का गुजारा भी वधिया तरीके नाल नहीं होंदा अं मंग करते हैं भाजी भी दो टाइम की सू रोटी दिती जाए तो ना सा पानी धानी उंज नहीं है अं कि घरों लिया पानी टाइम साफ दे क्यों स्कूले क्यों नहीं जाते पैसे नहीं है तो इसलिए भी कोई साड़ी सहायता करे जो मेरी मम्मी काम करके कोई पैसा लेके आते तो वह घर का समान थोड़ा बहुत लै आते तो बाद जो खत्म हो जाता फिर लोगों वाल वेखते हैं ਕੀ ਨਾਮ ਹੈ ਜੀ ਤੁਹਾਡਾ ਰਵਿੰਦਰ ਕੌਰ ਭਾਜੀ ਭਾਜੀ ਦਿਹਾੜੀਦਾਰ ਹੈਗੇ ਹਾਂ ਤੇ ਦਿਹਾੜੀ ਕਰਨ ਗਏ ਕੰਮ ਕਾਰ ਤੇ ਗਏ ਸੀ ਤੇ ਉਹਨਾਂ ਦੇ ਲੱਕ ਦੇ ਮਣਕੜੇ ਹਿੱਲੇ ਨੇ ਕੌਣ ਗਿਆ ਸੀ ਮੇਰੇ ਘਰ ਦਾ ਗਿਆ ਸੀ ਗੁਰਪ੍ਰੀਤ ਸਿੰਘ ਤੇ ਉਹਨਾਂ ਨੂੰ ਮੁੜ ਕੇ ਕੋਈ ਡਾਕਟਰ ਨਹੀਂ ਛੱਡਿਆ ਕੋਈ ਲੈਣਾ ਦੇਣਾ ਜਿੱਥੇ ਕੋਈ ਆਉਂਦਾ ਸੀ ਲੈ ਕੇ ਜਾਂਦੇ ਰਹੇ ਹਾਂ ਤੇ ਕੋਈ ਵੀ ਉਹਨਾਂ ਦਾ ਕੋਈ ਮਸਲਾ ਹੱਲ ਨਹੀਂ ਹੋਇਆ ਤੇ ਮੁੜ ਕੇ ਦੋ ਸਾਲ ਹੀ ਪਏ ਬੈਠੇ ਰਹੇ ਮੰਜੀ ਤੇ ਮੁੜ ਕੇ ਇਲਾਜ ਦੁੱਖੋਂ ਵੀ ਇਸ ਤਰ੍ਹਾਂ ਹੋ ਗਏ ਨੇ ਅਸੀਂ ਗਰੀਬ ਹਾਂ ਸਾਡੇ ਕੋਲ ਇਲਾਜ ਨਹੀਂ ਹੋਇਆ ਮੌਤ ਹੋ ਗਈ ਹਾਂਜੀ ਕਿੰਨਾ ਚਿਰ ਹੋ ਗਿਆ ਮੌਤ ਇਹ ਹੋ ਗਏ ਸਾਲ ਉਹ ਚੱਲਿਆ ਭਾਜੀ ਮੌਤ ਹੋਈ ਨੂੰ ਨਾ ਸਾਡਾ ਹੁਣ ਕਰਦਾ ਹੀ ਕੋਈ ਲਾਗਾ ਨਹੀਂ ਕਰਦਾ ਕਿੰਨੇ ਬੱਚੇ ਤੁਹਾਨੂੰ ਸਾਡੇ ਚਾਰ ਗੁੱਡੀਆਂ ਵਾ ਤੇ ਇੱਕ ਮੇਰਾ ਬੇਟਾ ਢਾਈ ਸਾਲਾਂ ਦਾ ਰੋਟੀ ਭੱਜ ਬਹੁਤ ਭਾਜੀ ਮੰਦਾ ਵਾ ਕੰਮ ਕਰ ਕਰਕੇ ਰੋਟੀ ਖਾਂਦੇ ਆ ਇੱਕ ਟਾਈਮ ਮਿਲਦੀ ਇੱਕ ਟਾਈਮ ਮੈਂ ਨਹੀਂ ਮਿਲਦੀ ਬੱਚੇ ਜਾਂਦੇ ਸਕੂਲੇ ਨਹੀਂ ਭਾਜੀ ਕਿਉਂ ਬੱਚੇ ਕਿੱਦਾਂ ਸਕੂਲ ਜਾਣ ਖਰਚਾ ਵਰਚਾ ਹੋ ਤੇ ਫੇਰ ਹੀ ਜਾਣ ਘਰੇ ਪੜ੍ਹਦੇ ਇੱਥੇ ਹਾਂਜੀ ਘਰੇ ਮਾੜਾ ਚੰਗਾ ਪੜ੍ਹਦੇ ਨੇ ਤੇ ਬੱਤੀ ਦਾ ਕੀ ਬੱਤੀ ਨੂੰ ਕੀ ਗੱਲ ਵੀ ਜਿਹੜਾ ਮੀਟਰ ਖਰਾਬ ਆ ਤੇ ਵੀ ਨਹੀਂ ਕੋਈ ਸਾਡੀ ਨਹੀਂ ਕੋਈ ਫੜਦਾ ਨਹੀਂ ਕੋਈ ਸਾਥ ਨਹੀਂ ਸਾਡਾ ਕੋਈ ਵੀ ਦਿੰਦਾ ਕਿੰਨੇ ਚਿਰ ਤੋਂ ਇਤਨਾ ਚੱਲਣ ਦਾ ਇੱਥੇ ਭਾਜੀ ਜਦੋਂ ਦੇ ਮੁੱਕੇ ਜਦੋਂ ਤੋਂ ਮੰਜੇ ਤੇ ਬੈਠੇ ਆ ਨਾ ਉਦੋਂ ਤੋਂ ਹੀ ਇਹੋ ਹਾਲ ਸਾਡਾ ਰਿਹਾ ਵਾ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਦੇ ਹਾਂ ਭਾਜੀ ਵੀ ਦੋ ਟਾਈਮ ਦੀ ਸਾਨੂੰ ਰੋਟੀ ਦਿੱਤੀ ਜਾਵੇ ਤੇ ਨਾ ਸਾਡਾ ਪਾਣੀ ਧਾਣੀ ਉਂਜ ਨਹੀਂ ਹੈਗਾ ਅਸੀਂ ਕਿਸੇ ਦੇ ਘਰੋਂ ਲਿਆ ਪਾਣੀ ਟਾਈਮ ਸਾਫ ਦੇ ਤੇ ਮੋਟਰ ਲੱਗੀ ਤਾਂ ਹੈਗੀ ਤੁਹਾਡੇ ਭਾਜੀ ਉਹ ਸੜੀ ਆ ਕਿੱਧਰ ਰਾਜਵੀਰ ਕੌਰ ਉਹ ਅੰਕਲ ਜੀ ਮੇਰੇ ਡੈਡੀ ਦੀ ਡੈਥ ਹੋ ਗਈ ਸੀ ਤੇ ਮੇਰੀ ਮੰਮੀ ਕਰਦੇ ਘਰੋਂ ਕੰਮ ਕਰਦੇ ਆ ਤੇ ਜਦੋਂ ਲੈ ਕੇ ਆਉਂਦੇ ਆ ਟਲਟਾ ਤੇ ਉਹ ਉਸੇ ਵੇਲੇ ਖਤਮ ਹੋ ਜਾਂਦਾ ਹੈ ਅੱਛਾ ਤੇ ਕੀ ਗਾ ਰੋਟੀ ਪਾਣੀ ਤਾਂ ਨਹੀਂ ਸਰਦਾ ਪਿਆ ਨਹੀਂ ਅੰਕਲ ਜੀ ਸਕੂਲੇ ਜਾਂਦੇ ਨਹੀਂ ਘਰੇ ਪੜ੍ਹ ਲੈਂਦੇ ਪਹਿਣਾ ਪਹਿਣਾ ਕਿਉਂ ਸਕੂਲੇ ਕਿਉਂ ਨਹੀਂ ਜਾਂਦੇ ਉਹ ਪੈਸੇ ਨਹੀਂ ਹੈਗੇ ਤੇ ਇਸ ਲਈ ਕਿਹਾ ਸੀ ਪਰ ਉਹ ਕਰਦੇ ਨਹੀਂ ਅੱਛਾ ਤੇ ਤੂੰ ਪਾਣੀ ਕਾ ਤੂੰ ਬਾਹਰੋਂ ਲੈ ਕੇ ਆਉਂਦੇ ਉਹ ਮੋਟਰ ਨਹੀਂ ਚੱਲਦੀ ਤੇ ਬੱਤੀ ਦਾ ਵੀ ਇਸ ਤਰ੍ਹਾਂ ਹੀ ਹਾਂਜੀ ਵੀ ਕੋਈ ਸਾਡੀ ਸਹਾਇਤਾ ਕਰੇ ਕਿਹੜਾ ਪਿੰਡ ਹੈ ਜਵੰਦਾ ਕਲਾ ਮੋਬਾਈਲ ਨੰਬਰ ਚੇਤਾ ਤੈਨੂੰ ਕਿੰਨਾ ਨੰਬਰ 98787 385 ਫੇਰ ਬੋਲੀ 98787 385 ਨਾ ਕਾਕੇ ਜਨ ਪੂਨਮ ਕੌਰ ਕੀ ਗੱਲ ਕਾਕੇ ਕੀ ਗੱਲ ਹਾਲਾਤ ਬਣੇ ਪੈਣ ਕਰਦੇ ਜਦੋਂ ਦੇ ਡੈਡੀ ਦੀ ਡੈਥ ਹੋਈ ਆ ਤੇ ਉਦੋਂ ਦੇ ਮੰਮੀ ਵੀ ਲੋਕਾਂ ਦੇ ਘਰ ਜਾ ਕੇ ਕੰਮ ਕਰਦੇ ਆ ਤੇ ਸਾਡਾ ਜਿਹੜਾ ਵਾ ਘਰ ਦਾ ਗੁਜ਼ਾਰਾ ਵੀ ਵਧੀਆ ਤਰੀਕੇ ਨਾਲ ਨਹੀਂ ਹੁੰਦਾ ਕੀ ਗੱਲ ਕੀ ਵੀ ਜਦੋਂ ਮੇਰੀ ਮੰਮੀ ਕੰਮ ਕਰਕੇ ਕੋਈ ਪੈਸਾ ਲੈ ਕੇ ਆਉਂਦੇ ਆ ਤੇ ਉਹ ਘਰ ਦਾ ਸਮਾਨ ਥੋੜ੍ਹਾ ਬਹੁਤ ਲੈ ਆਉਂਦੇ ਆ ਤੇ ਬਾਅਦ ਵਿੱਚ ਜਦੋਂ ਖਤਮ ਹੋ ਜਾਂਦਾ ਫਿਰ ਲੋਕਾਂ ਵੱਲ ਵੇਖਦੇ ਆ ਸਕੂਲੇ ਜਾਂਦੇ ਨਹੀਂ ਸਕੂਲ ਤਾਂ ਨਹੀਂ ਜਾਂਦੇ ਕਿਉਂ ਕੀ ਗੱਲ ਕਈ ਹਾਲਾਤ ਹੀ ਇਹੋ ਜਿਹੇ ਆ ਵੀ ਪੈਸਾ ਹੀ ਨਹੀਂ ਹੈਗਾ ਵੀ ਸਕੂਲ ਕਿੱਦਾਂ ਜਾ ਸਕਦੇ ਸੀ ਤੇ ਬੱਤੀ ਹੈਗੀ ਘਰ 'ਚ ਬੱਤੀ ਮੀਟਰ ਸੜਿਆ ਪਿਆ ਮੋਟਰ ਚੱਲਦੀ ਨਹੀਂ ਮੋਟਰ ਨਹੀਂ ਚੱਲਦੀ ਮੋਟਰ ਵੀ ਨਹੀਂ ਚੱਲਦੀ ਹਾਂਜੀ ਤੇ ਰੋਟੀ ਪਾਣੀ ਦਾ ਕਿਸ ਤਰ੍ਹਾਂ ਤੁਸੀਂ ਲਾਉਂਦੇ ਜੀ ਗੁਜ਼ਾਰਾ ਕਿਵੇਂ ਕਰਨ ਚੁੱਲ੍ਹੇ 'ਤੇ ਲਾਉਂਦੇ ਹਾਂ ਤੇ ਕੋਈ ਕਿਸੇ ਨੂੰ ਆਖਿਆ ਨਹੀਂ ਤੁਸੀਂ ਕਿ ਸਾਡੀ ਕੋਈ ਸਹਾਇਤਾ ਕਰੋ ਜਾਂਗੇ ਕਹਿੰਦੇ ਤਾਂ ਹੈਗੇ ਆ ਪਰ ਕੋਈ ਕਰਦਾ ਹੀ ਨਹੀਂ ਸਹਾਇਤਾ ਕੀ ਮੰਗ ਕਰਦੇ ਹੁੰਦੇ
ਅਸੀਂ ਚਾਹੁੰਦੇ ਹਾਂ ਵੀ ਸਾਨੂੰ ਵੀ ਦੋ ਟਾਈਮ ਦੀ ਰੋਟੀ ਤਾਂ ਮਿਲਣੀ ਚਾਹੀਦੀ ਹੈ। ਕਿੰਨੀਆਂ ਭੈਣਾਂ ਤੁਸੀਂ? ਅਸੀਂ ਚਾਰ ਭੈਣਾਂ। ਹਾਂਜੀ, ਨੰਬਰ ਚੇਤਾ ਮੋਬਾਈਲ? ਹਾਂਜੀ। ਕਿੰਨਾ ਨੰਬਰ? 98787-6635। ਫਿਰ ਬੋਲੋ। 98787-6635। पंडित एम के शर्मा, फीस नहीं इनाम लवांगा, तोखा नहीं कम करांगा, माता रानी ने चाया ता खून दे हंजू नहीं आन देवांगा। पंडित मौलवी तो विश्वास खो चुके एक बार जरूर अजमाओ। पंडित एम के शर्मा, प्रेमी प्रेमिका नु मिलाना, सोतन दुश्मन तो छुटकारा, विदेश यात्रा च रुकावट, माता पिता नु मनाना, एक बार मिलाओ फोन ते जरूर अजमाओ अपनी किस्मत। करो संपर्क 97793-95956।